ਪਤਾ ਹੈਗਾ 11/1/2024 ਨੂੰ ਇੱਕ ਬਰਿਊ ਮਾਸਟਰ ਰੈਸਟੋਰੈਂਟ ਹੈਗਾ ਉਹਦੇ ਸਾਹਮਣੇ ਗੋਲੀ ਚੱਲਦੀ ਹੈਗੀ ਆ। ਉੱਥੇ ਦੋ ਵਿਅਕਤੀ ਦਿਖਦੇ ਨੇ ਜੋ ਇੱਕ ਗੱਡੀ i20 ਗੱਡੀ 'ਚ ਆਉਂਦੇ ਨੇ ਔਰ ਗੋਲੀ ਚਲਾਉਂਦੇ ਔਰ ਚਲ ਜਾਂਦੇ ਹੈਗੇ। ਤੋ ਇਮੀਡੀਏਟਲੀ ਉਸ ਇੰਸੀਡੈਂਟ ਦੇ ਉੱਤੇ ਕੰਮ ਕਰਦੇ ਹੋਏ ਆਪਣੇ ਸਿਵਲ ਲਾਈਨ ਪੁਲਿਸ ਸਟੇਸ਼ਨ ਐਂਡ CIA ਦੇ ਜੋ ਟੀਮਸ ਹੈਗੇ ਉਹਨੇ ਟੈਕਨੀਕਲ ਇਨਵੈਸਟੀਗੇਸ਼ਨ ਕੇ ਥਰੂ ਉਹਦੇ 'ਤੇ ਪਤਾ ਕੀਤਾ ਕਿ ਜੋ ਇੱਕ ਜੱਗੀ ਨਾਂ ਦਾ ਬੰਦਾ ਹੈਗਾ ਨਾਲੇ ਇੱਕ ਫਤਿਹ ਇਹ ਦੋਵੇਂ ਇਹ ਕੰਮ ਕੀਤੀ ਸੀਗੀ ਟੈਕਨੀਕਲ ਇਨਵੈਸਟੀਗੇਸ਼ਨ ਕੇ ਥਰੂ ਸਾਨੂੰ ਪਤਾ ਚੱਲਿਆ ਸੀਗਾ। ਔਰ ਉਸ ਤੋਂ ਬਾਅਦ ਉਹਨਾਂ ਦੀ ਨੋਮੀਨੇਟ ਵੀ ਕੀਤੀ ਗਈ ਸੀ। ਫਿਰ ਉਹਦੇ 'ਤੇ ਕੰਮ ਕਰਦੇ ਹੋਏ ਫਤਿਹ ਉਹਨਾਂ ਨੂੰ ਵਰਿੰਦਰ ਸਿੰਘ ਅਲੀਆਸ ਫਤਿਹ ਉਹਨਾਂ ਨੂੰ 1 ਫਰਵਰੀ ਨੂੰ ਅਰੈਸਟ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਬਟਾਲੇ ਤੋਂ ਅਰੈਸਟ ਕੀਤਾ ਸੀ। ਦੈਨ ਉਸ ਤੋਂ ਬਾਅਦ ਅੰਮ੍ਰਿਤਸਰ ਤੋਂ ਇੱਕ ਜਗਦੀਪ ਸਿੰਘ ਅਲੀਆਸ ਜੱਗੀ ਇਹਨਾਂ ਨੂੰ 5 ਤਰੀਕ ਨੂੰ ਅਰੈਸਟ ਕੀਤੀ ਗਈ ਹੈਗੀ ਆ। ਇਹ ਐਕਚੁਅਲੀ ਬਟਾਲੇ ਪੁਲਿਸ ਵਾਸਤੇ ਬਹੁਤ ਵੱਡੀ ਇੱਕ ਕਾਮਯਾਬੀ ਹੈਗੀ ਕਿਉਂਕਿ ਜੋ ਜਗਦੀਪ ਸਿੰਘ ਹੈਗੇ ਇਹਨੇ ਹੀ ਉਹ ਵਾਂਟਿਡ ਸੀਗੇ ਸਾਡੇ ਵਾਂਟਿਡ ਸੀਗਾ ਸਾਡੇ 3 ਮੁਕੱਦਮੇ ਦੇ ਵਿੱਚ। ਉਹਤੇ ਇਲਾਵਾ ਉਹਦੇ 'ਤੇ 20 ਮੁਕੱਦਮਾ ਹੋਰ ਦਰਜ ਨੇ। ਲੇਕਿਨ ਹੁਣੇ ਜੋ ਬਟਾਲੇ ਦੇ ਵਿੱਚ ਜੋ ਗੋਲੀ ਚੱਲੀ ਸੀਗੀ 3 ਥਾਂ 'ਤੇ ਗੋਲੀ ਚੱਲੀ ਸੀ, ਤੁਹਾਨੂੰ ਵੀ ਪਤਾ ਹੈਗਾ ਜਿੱਥੇ ਫਿਰੋਤੀਆਂ ਦਾ ਕੌਲ ਆਇਆ ਸੀਗੇ, ਇੱਕ ਸਿਵਲ ਲਾਈਨ ਦਾ ਇੱਕ ਸਿਟੀ ਦਾ ਮੁਕੱਦਮਾ ਸੀਗਾ ਔਰ ਇੱਕ ਕੋਟਲੀ ਸੂਰਤ ਮਲੀ ਦਾ ਮੁਕੱਦਮਾ ਸੀਗਾ ਔਰ ਹੁਣ ਇੱਕ ਸਿਵਲ ਲਾਈਨ ਦਾ ਮੁਕੱਦਮਾ ਸੀਗਾ। ਇਹ ਤਿੰਨੋਂ ਮੁਕੱਦਮੇ ਦੇ ਵਿੱਚ ਜੋ ਮੇਨ ਵਾਂਟਿਡ ਪਰਸਨ ਸੀਗਾ ਉਹ ਜੱਗੀ ਸੀਗਾ। ਔਰ ਇਹਦੇ 'ਤੇ ਜਦੋਂ ਅਰੈਸਟ ਕੀਤੀ ਗਈ ਉਹਨਾਂ ਤੋਂ ਰਿਕਵਰੀ ਵੀ ਸਾਡੀ ਵਧੀਆ ਹੈਗੀ ਆ। ਇਹਦੇ 'ਤੇ 4 ਵੈਪਨਸ ਜੋ ਰਿਕਵਰ ਨੇ, ਉਹਦੇ 'ਤੇ ਇੱਕ ਆਸਟਰੀਆ ਮੇਡ ਸੋਫਿਸਟੀਕੇਟਡ ਗਲੋਕ ਵੈਪਨ ਹੈਗੇ ਆ, ਉਹਦੇ ਇਲਾਵਾ 2 ਵੈਪਨ ਜੋ ਹੈ ਆਪਣੇ ਟੀ ਬੋਰ ਦੇ ਹੈਗੇ ਔਰ ਇੱਕ 9mm ਦੀ ਵੈਪਨ ਹੈਗੀ। ਉਹਦੇ ਨਾਲ ਹੀ 2 ਗੱਡੀਆਂ ਹੈਗੇ, ਇੱਕ i20 ਹੈ ਔਰ ਇੱਕ XUV500 ਹੈ। ਇਹਨਾਂ ਨੂੰ ਇਹ ਵੱਖ ਵੱਖ ਆਪਣੇ ਕ੍ਰਾਈਮ ਕਰਨ ਦੇ ਵਿੱਚ ਯੂਜ਼ ਕੀਤੀ ਸੀਗੀ। ਨਾਲ ਹੀ ਇੱਕ ਮੋਟਰਸਾਈਕਲ ਹੈਗਾ ਜਿਹਦੇ ਵਿੱਚ ਉਹ ਚੱਲ ਰਹੀ ਸੀ ਜਦੋਂ ਅਸੀਂ ਇਹਨਾਂ ਨੂੰ ਅਰੈਸਟ ਕੀਤੇ ਸੀਗੇ। ਇਹਨਾਂ ਦੀ ਪੁੱਛਗਿੱਛ ਦੌਰਾਨ ਇਹ ਇੱਕ ਹੋਰ ਚੀਜ਼ ਸਾਹਮਣੇ ਆਈ ਹੈਗੀ ਹੈ, ਜੋ ਜੱਗੀ ਨੇ ਉਹਨਾਂ ਨੇ ਇੱਕ ਤਾਰੀਵਾਲ ਦੇ ਵਿੱਚ 41 ਨੰਬਰ ਮੁਕੱਦਮਾ ਹੈਗਾ 2023 ਦਾ, ਉੱਤੇ ਵੀ ਇੱਕ 307 ਦਾ ਪਰਚਾ ਦਰਜ ਹੋਇਆ ਸੀ। ਉਹਦੇ 'ਚ ਇੱਕ ਵਿਅਕਤੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਸੀਗੀ, ਉਹਦੇ ਵਿੱਚ ਵੈਪਨ ਸਪਲਾਈ ਜੋ ਹੈਗਾ ਉਹ ਇਹਨਾਂ ਨੇ ਕੀਤੀ ਸੀਗੀ। ਤੋ ਉਹਦੇ 'ਚ ਉਹਨਾਂ ਦੇ ਉਹ ਮੁਕੱਦਮੇ ਦੇ ਵਿੱਚ ਇਹ PO ਸੀਗੇ। ਤੋ ਫਿਰ ਉਹ ਵਾਲਾ ਮੁਕੱਦਮਾ ਵੀ ਸਾਡਾ ਇੱਕ ਉਹ ਸੁਲਝ ਗਿਆ ਹੈਗਾ, ਗੁਰਦਾਸਪੁਰ ਦਾ ਜੋ ਮੁਕੱਦਮਾ ਸੀਗਾ। ਇੱਕ ਚੀਜ਼ ਔਰ ਪੁੱਛਗਿੱਛ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੈ, ਜੋ ਜੱਗੀ ਹੈ ਜਾਂ ਫਤਿਹ ਹੈ ਜਾਂ ਇਹਨਾਂ ਦੇ ਨਾਲ ਜੋ ਜੁੜੇ ਹੋਏ ਨੇ ਉਹ ਸਾਰੇ ਇੱਕ ਸੁਪ੍ਰੀਤ ਸਿੰਘ ਅਲੀਅਸ ਹੈਰੀ ਚੱਠਾ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ। ਔਰ ਜੋ ਵੈਪਨ ਵੀ ਸਪਲਾਈ ਹੋਏ ਨੇ ਉਹ ਗੱਡੀਆਂ ਦੇ ਵੀ ਹੈਗੀ ਆ, ਉਹ ਸਾਰੇ ਦੇ ਪਿੱਛੇ ਜੋ ਹੈਗਾ ਉਹ ਹੈਰੀ ਚੱਠਾ ਹੈ, ਉਹਨਾਂ ਦਾ ਹੱਥ ਹੈਗੇ ਜੀ। ਇੱਕ ਗੱਡੀ ਕਨਫਰਮ ਹੋਈ ਹੈ ਜੀ ਉਹ ਚੋਰੀ ਦਾ ਹੈਗਾ, ਉਹ ਹਰਿਦੁਆਰ ਦੇ ਵਿੱਚ ਚੋਰੀ ਹੋ ਗਈ ਸੀਗੀ ਗੱਡੀ, ਔਰ ਉਹ ਸੀਗਾ ਆਪਣੇ ਪੰਜਾਬ ਦਾ ਹੀ ਇੱਕ ਜ਼ਿਲ੍ਹੇ ਦੇ ਨਿਵਾਸੀ ਹੈਗੇ, ਉਹਨਾਂ ਦੀ ਗੱਡੀ ਸੀਗਾ। ਦੂਜੇ ਗੱਡੀ ਜੋ ਹੈਗਾ ਉਹਦੇ ਦੇ ਉੱਤੇ ਜੋ ਨੰਬਰ ਗਲਤ ਲੱਗੀ ਹੋਈ ਹੈ ਉਹਦਾ ਅਸੀਂ ਵੈਰੀਫਾਈ ਕਰ ਰਹੇ ਨੇ ਅਗਰ ਉਹ ਓਰੀਜਨਲੀ ਕਿਹਦਾ ਹੈਗਾ ਔਰ ਕਿਤੇ ਚੋਰੀ ਹੋ ਗਈ ਸੀ। ਜਿਹੜੀ ਗੋਲੀਆਂ ਚੱਲਣੀਆਂ ਆਮ ਜੀ ਗੱਲ ਹੋ ਗਈ ਆ ਪਿੰਡ ਲੈਵਲ 'ਤੇ ਜਾਂ ਕਿਸ ਤਰ੍ਹਾਂ ਹੋ ਗਈ, ਕੀ ਕਾਰਨ ਕੀ ਪੁਲਿਸ ਜਿਹੜੀ ਆ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ। ਔਰ ਜਿੰਨੇ ਵੀ ਇੱਥੇ ਗੋਲੀ ਚੱਲੀ ਆ ਜਿੱਥੇ ਵੀ ਫਿਰੋਤੀ ਮੰਗੀ ਗਈ ਆ, ਹੁਣ ਤੱਕ ਸਾਡੀ ਨੂੰ ਕੋਈ ਇੱਦਾਂ ਦੀ ਕੇਸ ਨਹੀਂ ਹੈਗੀ ਉਹ ਜੋ ਟਰੇਸ ਨਾ ਹੋਏ ਹੋਣ। ਬਟਾਲੇ ਦੇ ਜੋ ਜਿੱਥੇ ਵੀ ਗੋਲੀ ਚੱਲੀ ਉਹ 100% ਜੋ ਸਾਡੀ ਟਰੇਸ ਵੀ ਹੋਏ ਨੇ। ਉਹਦੇ 'ਤੇ ਕਾਰਨ ਵੀ ਤੁਸੀਂ ਵੇਖਿਓ ਕਦੀ ਕੀ ਹੁੰਦਾ, ਬਾਹਰ ਤੋਂ ਜਿੱਥੋਂ ਕਾਲ ਆ ਜਾਂਦੇ ਆ। ਕੋਈ ਹੁਣੇ ਅਸੀਂ ਸਿਵਲ ਲਾਈਨ ਦਾ ਇੱਕ ਕੇਸ ਸੋਲਵ ਕੀਤਾ ਸੀ, ਉਹਨੇ ਵੇਖਿਆ ਕਿ ਸ਼ਾਇਦ ਇਹ ਕਰਨ ਤੋਂ ਸਾਨੂੰ ਪੈਸੇ ਜਲਦੀ ਮਿਲ ਜਾਣਗੇ। ਤੋ ਕਿਸੇ ਦਾ ਕੋਈ ਬੈਕਗਰਾਊਂਡ ਕ੍ਰਿਮੀਨਲ ਬੈਕਗਰਾਊਂਡ ਵੀ ਨਹੀਂ ਹੁੰਦੇ ਆ, ਉਹ ਵੀ ਕੋਈ ਸ਼ਰਾਰਤ ਕਰ ਦਿੰਦੇ ਹੈਗੇ। ਹਾਂਜੀ, ਹੁਣ ਤੱਕ ਦੀ ਜੋ ਸਾਡੀ ਪੁੱਛਗਿੱਛ ਹੈਗੀ ਜੀ, ਜਿੰਨੇ ਵੀ ਇਹਨਾਂ ਦੇ ਪਰਚੇ ਹੈਗੇ ਉਹ ਸਾਰੇ ਪੰਜਾਬ ਦੇ ਹੈਗੇ।